ਸਾਰਿਆਂ ਨੂੰ ਜੈ ਮਸੀਹ ਦੀ। ਮੇਰਾ ਨਾਮ ਕਮਲਜੀਤ ਸਿੰਘ ਹੈ, ਮੈਂ ਮੰਡੀ ਗੋਬਿੰਦਗੜ੍ਹ ਦਾ ਰਹਿਣ ਵਾਲਾ ਹਾਂ। ਮੈਂ ਅੱਜ ਆਪਣੇ ਜੀਵਨ ਦੀ ਬਹੁਤ ਵੱਡੀ ਗਵਾਹੀ ਦੇਣ ਜਾ ਰਿਹਾ ਹਾਂ। ਮੈਨੂੰ ਸਾਲ 2017 ਤੋਂ ਸ਼ੂਗਰ ਦੀ ਪ੍ਰੋਬਲਮ ਸੀ, ਉਸ ਤੋਂ ਇਲਾਵਾ ਮੈਨੂੰ BP, ਮੈਨੂੰ 5 ਸਾਲ ਤੋਂ ਲੀਵਰ ਦੀ ਪ੍ਰੋਬਲਮ ਸੀ, ਜਿਸ ਕਰਕੇ ਮੈਨੂੰ ਕਾਫੀ ਡਾਕਟਰਾਂ ਕੋਲ ਜਾਣਾ ਪਿਆ, ਪਰ ਮੈਨੂੰ ਕਿਤੋਂ ਆਰਾਮ ਨਹੀਂ ਆਇਆ। ਮੈਨੂੰ ਵਾਰ ਵਾਰ ਦਵਾਈ ਲੈਣੀ ਪੈਂਦੀ ਸੀ, ਜਿਸ ਕਰਕੇ ਮੈਨੂੰ ਖਿੱਝ ਆਉਂਦੀ ਸੀ। ਖਿੱਝ ਆਉਣ ਕਰਕੇ ਮੇਰਾ BP ਵੱਧ ਜਾਂਦਾ ਸੀ, BP ਵੱਧ ਜਾਂਦਾ ਸੀ, BP ਵਧਣ ਕਰਕੇ ਮੇਰੀ ਸ਼ੂਗਰ ਵੀ ਵੱਧ ਜਾਂਦੀ ਸੀ। ਟੈਨਸ਼ਨ ਬਹੁਤ ਹੋ ਜਾਂਦੀ ਸੀਗੀ ਸੀ, ਮੈਨੂੰ ਵੀ, ਮੇਰੇ ਪਰਿਵਾਰ ਨੂੰ ਵੀ, ਮੇਰੀ ਫੈਮਿਲੀ ਨੂੰ ਵੀ ਟੈਨਸ਼ਨ ਹੁੰਦੀ ਸੀ ਇਸ ਗੱਲ ਦੀ ਵੀ ਲੀਵਰ ਦੇ ਵਿੱਚ ਬਹੁਤ ਪ੍ਰੋਬਲਮ ਆ। ਮੈਨੂੰ ਇਸ ਤਰ੍ਹਾਂ ਲੱਗਦਾ ਸੀ ਵੀ ਮੇਰਾ ਲੀਵਰ ਕਿਤੇ ਫਟ ਨਾ ਜਾਵੇ, ਇੰਨੀ ਪ੍ਰੋਬਲਮ ਸੀਗੀ ਸੀ ਮੇਰੇ ਲੀਵਰ ਦੇ ਵਿੱਚ। ਜਿਹੜੀ ਲੀਵਰ ਦੀ ਪ੍ਰੋਬਲਮ ਕਰਕੇ ਮੇਰਾ BP ਵਧਣ ਲੱਗ ਪਿਆ, ਸ਼ੂਗਰ ਵਧਣ ਲੱਗ ਪਈ, BP ਵਧਣ ਕਰਕੇ ਜਿਹੜਾ ਮੇਰਾ ਸਟਾਫ ਸੀਗਾ ਸੀ, ਮੈਂ ਇੱਕ ਪੰਜਾਬ ਪੁਲਿਸ ਦੇ ਵਿੱਚ ਜੋਬ ਕਰਦਾ, ਮੈਂ ਸਟਾਫ ਨਾਲ ਵੀ ਬਿਹੇਵ ਵਧੀਆ ਨਹੀਂ ਸੀ ਕਰ ਪਾਉਂਦਾ, ਅਤੇ ਸਟਾਫ ਵੀ ਮੇਰੇ ਤੋਂ ਦੁਖੀ ਸੀਗਾ ਸੀ ਵੀ ਇਹਦਾ ਬਿਹੇਵ ਵਧੀਆ ਨਹੀਂ ਹੈਗਾ। ਮੇਰੀ ਫੈਮਿਲੀ ਦੇ ਵਿੱਚ ਵੀ ਮੈਨੂੰ ਸਮਝ ਨਹੀਂ ਸੀ ਆਉਂਦੀ, ਮੈਂ ਫੈਮਿਲੀ 'ਤੇ ਵੀ ਗਲ ਪੈ ਜਾਂਦਾ ਸੀ, ਗੁੱਸੇ ਹੋ ਜਾਂਦਾ ਸੀ, BP ਵੱਧ ਜਾਂਦਾ ਸੀਗਾ ਸੀ। ਫਿਰ ਮੈਨੂੰ ਸਮਝ ਨਹੀਂ ਸੀ ਆਉਂਦੀ ਵੀ ਇਹ ਪ੍ਰੋਬਲਮ ਮੇਰੀ ਕਿਵੇਂ ਠੀਕ ਹੋਊ, ਕਿੱਥੋਂ ਠੀਕ ਹੋਊਗੀ, ਮੈਨੂੰ ਕੁਛ ਨਹੀਂ ਪਤਾ ਲੱਗ ਰਿਹਾ ਸੀਗਾ ਸੀ। ਉਸ ਤੋਂ ਬਾਅਦ ਮੈਂ ਬਹੁਤ ਤੰਗ ਸੀ ਆਪਣੇ ਜੀਵਨ ਦੇ ਵਿੱਚ, ਬਹੁਤ ਜ਼ਿਆਦਾ ਦੁਖੀ ਸੀਗਾ ਸੀ ਵੀ ਇਹ ਪ੍ਰੋਬਲਮ ਮੇਰੀ ਕਦੋਂ ਅਤੇ ਕਿਵੇਂ ਠੀਕ ਹੋਊਗੀ। ਅਤੇ ਮੇਰੀ ਇਹ ਪ੍ਰੋਬਲਮ ਦੇ ਕਰਕੇ, ਲੀਵਰ ਦੀ ਪ੍ਰੋਬਲਮ ਕਰਕੇ, ਮੈਂ ਦਵਾਈ ਲੈਣ ਤੋਂ ਵੀ ਡਰਦਾ ਸੀ। ਮੈਂ ਕਾਫੀ ਡਾਕਟਰਾਂ ਕੋਲ ਗਿਆ, ਮੈਨੂੰ ਇਹ ਲੱਗਦਾ ਸੀ ਵੀ ਕਿਤੇ ਇਹ ਦਵਾਈ ਦੇ ਨਾਲ ਕੋਈ ਹੋਰ ਪ੍ਰੋਬਲਮ ਨਾ ਖੜੀ ਹੋ ਜਾਵੇ। ਮੈਨੂੰ ਇਸ ਚੀਜ਼ ਤੋਂ ਬਹੁਤ ਡਰ ਲੱਗਦਾ ਸੀਗਾ ਸੀ ਵੀ ਕੋਈ ਹੋਰ ਪ੍ਰੋਬਲਮ ਨਾ ਆ ਜਾਵੇ। ਮੈਂ ਜਦੋਂ ਡਾਕਟਰਾਂ ਕੋਲ ਜਾਂਦਾ ਸੀ, ਡਾਕਟਰ ਕਹਿੰਦੇ ਸੀ ਵੀ ਤੁਹਾਡੇ ਲੀਵਰ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਆ, ਤੁਹਾਡਾ ਲੀਵਰ ਕਿਸੇ ਵੇਲੇ ਵੀ ਫਟ ਸਕਦਾ। ਮੈਂ ਲੇਕਿਨ ਮੈਨੂੰ ਡਰ ਸੀਗਾ ਵੀ ਜੇ ਮੈਂ ਦਵਾਈ ਖਾਊਂਗਾ ਤਾਂ ਮੈਨੂੰ ਕੋਈ ਹੋਰ ਕੋਈ ਪ੍ਰੋਬਲਮ ਨਾ ਆ ਜਾਵੇ। ਮੈਂ ਡਾਕਟਰਾਂ ਕੋਲੋਂ ਦਵਾਈ ਤਾਂ ਖਾਈ ਜਾਂਦਾ ਸੀ, ਲੇਕਿਨ ਮੈਨੂੰ ਕੋਈ ਆਰਾਮ ਨਹੀਂ ਸੀ ਆ ਰਿਹਾ। ਮੈਨੂੰ ਫਿਰ ਵੀ ਇਹ ਲੱਗ ਰਿਹਾ ਸੀ, ਇੱਕ ਦਵਾਈ ਖਾਣਾ ਤਾਂ ਇੱਕ ਢਾਰਸ ਸੀਗਾ ਸੀ, ਇੱਕ ਆਸਰਾ ਸੀਗਾ ਸੀ ਵੀ ਹਾਂ ਮੈਂ ਦਵਾਈ ਲੈ ਰਿਹਾ, ਲੇਕਿਨ ਮੈਨੂੰ ਜੋ ਪ੍ਰੋਬਲਮ ਸੀ, ਮੈਨੂੰ ਪਤਾ ਸੀ ਵੀ ਮੈਨੂੰ ਕੀ ਪ੍ਰੋਬਲਮ ਆ। ਮੇਰੇ ਪੇਟ 'ਚ ਦਰਦ, ਮੇਰੇ ਲੱਕ 'ਚ ਦਰਦ, ਮੇਰੇ ਮੋਹਰਾਂ ਦੇ ਵਿੱਚ ਦਰਦ ਰਹਿੰਦਾ ਸੀਗਾ ਸੀ, ਮੈਂ ਬਹੁਤ ਜ਼ਿਆਦਾ ਪਰੇਸ਼ਾਨ ਰਹਿੰਦਾ ਸੀਗਾ। ਉਸ ਤੋਂ ਬਾਅਦ ਮੈਨੂੰ ਕਿਸੇ ਨੇ ਚਮਕੌਰ ਸਾਹਿਬ ਚਰਚ ਬਾਰੇ ਦੱਸਿਆ, ਪਾਸਟਰ ਜੀ ਰਮਨ ਹੰਸ ਬਾਰੇ ਦੱਸਿਆ ਵੀ ਉੱਥੇ ਬਹੁਤ ਜ਼ਿਆਦਾ ਵੱਡੀਆਂ ਵੱਡੀਆਂ ਗਵਾਹੀਆਂ ਹੁੰਦੀਆਂ ਨੇ ਵੀ ਤੁਸੀਂ ਉੱਥੇ ਜਾ ਕੇ ਦੇਖੋ। ਫਿਰ ਮੈਂ 24/10/2021 ਨੂੰ ਪਹਿਲੀ ਵਾਰ ਚਰਚ ਦੇ ਵਿੱਚ ਆਇਆ ਚਮਕੌਰ ਸਾਹਿਬ ਵਿਖੇ। ਇੱਥੇ ਮੈਂ ਦੇਖਿਆ ਵੀ ਪਾਸਟਰ ਰਮਨ ਹੰਸ ਜੀ ਬਹੁਤ ਵਧੀਆ ਪ੍ਰਚਾਰ ਕਰਦੇ ਨੇ, ਬਹੁਤ ਵਧੀਆ ਬਚਨ ਸੁਣਾਉਂਦੇ ਨੇ, ਬਹੁਤ ਵਧੀਆ ਅਰਥ ਦੱਸਦੇ ਨੇ। ਫਿਰ ਮੈਂ ਵੀ ਵਿਸ਼ਵਾਸ ਕੀਤਾ, ਮੈਂ ਪਾਸਟਰ ਰਮਨ ਹੰਸ ਜੀ ਦਾ ਬਚਨ ਸੁਣਿਆ, ਮੈਨੂੰ ਬਚਨ ਸੁਣ ਕੇ ਬਹੁਤ ਚੰਗਾ ਲੱਗਾ, ਚਰਚ ਦਾ ਮਾਹੌਲ ਬਹੁਤ ਚੰਗਾ ਲੱਗਾ, ਮੈਂ ਵਿਸ਼ਵਾਸ ਕੀਤਾ। ਪਾਸਟਰ ਜੀ ਨੇ ਕਿਹਾ ਵੀ ਜਿੱਥੇ ਤੁਹਾਨੂੰ ਕੋਈ ਪ੍ਰੋਬਲਮ ਆ ਉੱਥੇ ਹੱਥ ਰੱਖੋ, ਤਾਂ ਮੈਂ ਉੱਥੇ ਹੱਥ ਰੱਖਿਆ। ਪਾਸਟਰ ਜੀ ਪ੍ਰਾਰਥਨਾ ਕਰ ਰਹੇ ਸੀ, ਉਹਨਾਂ ਨੇ ਪ੍ਰੇਅ ਕੀਤੀ, ਤਾਂ ਮੈਨੂੰ ਇੱਦਾਂ ਲੱਗਿਆ ਵੀ ਜਿਵੇਂ ਕਿਸੇ ਨੇ ਮੈਨੂੰ ਛੂਹਿਆ ਹੁੰਦਾ, ਮੈਨੂੰ ਪ੍ਰਭੂ ਯੀਸ਼ੂ ਮਸੀਹ ਜੀ ਨੇ ਛੂਹਿਆ। ਮੇਰੀ ਪਹਿਲੇ ਦਿਨ ਤੋਂ ਹੀ ਜਿਹੜੀ ਮੇਰੀ ਪ੍ਰੋਬਲਮ ਸੀਗੀ ਸੀ ਮੇਨ ਲੀਵਰ ਦੀ, ਉਹ ਮੇਰੀ ਪ੍ਰੋਬਲਮ ਬਿਲਕੁਲ ਹੀ ਠੀਕ ਹੋ ਗਈ। ਹੁਣ ਮੈਂ ਬਿਲਕੁਲ ਠੀਕ ਹਾਂ। ਇਹ ਮੇਰੀ ਪ੍ਰੋਬਲਮ ਠੀਕ ਹੋਣ ਨਾਲ ਮੇਰਾ BP ਵੀ ਠੀਕ ਹੋ ਗਿਆ, ਮੇਰਾ ਸ਼ੂਗਰ ਵੀ ਠੀਕ ਹੋ ਗਿਆ। ਹੁਣ ਜਿਹੜਾ ਮੇਰਾ ਸਟਾਫ ਮੈਨੂੰ ਕਹਿੰਦੇ ਸੀ ਇਹਦਾ ਬਿਹੇਵ ਵਧੀਆ ਨਹੀਂ ਹੈਗਾ, ਇਹਦਾ ਬਿਹੇਵ ਵਧੀਆ ਨਹੀਂ ਹੈਗਾ, ਉਹ ਹੁਣ ਮੈਨੂੰ ਕਹਿੰਦੇ ਨੇ ਜਦੋਂ ਤੋਂ ਤੁਸੀਂ ਚਰਚ ਜਾਣ ਲੱਗੇ ਹੋ ਤੁਹਾਡਾ ਬਿਹੇਵ ਬਹੁਤ ਵਧੀਆ ਹੋ ਗਿਆ। ਪ੍ਰਭੂ ਯੀਸ਼ੂ ਮਸੀਹ ਜੀ ਦੇ ਬਚਨ ਸੁਣ ਕੇ ਮੇਰਾ ਸੁਭਾਅ ਬਹੁਤ ਜ਼ਿਆਦਾ ਚੇਂਜ ਹੋ ਗਿਆ। ਹੁਣ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਆਪਣੀ ਲਾਈਫ ਦੇ ਵਿੱਚ, ਆਪਣੀ ਫੈਮਿਲੀ ਲਾਈਫ ਦੇ ਵਿੱਚ ਬਹੁਤ ਜ਼ਿਆਦਾ, ਆਪਣੀ ਜੋਬ ਲਾਈਫ ਦੇ ਵਿੱਚ ਬਹੁਤ ਜ਼ਿਆਦਾ ਖੁਸ਼ ਹਾਂ। ਮੈਂ ਅੱਜ ਧੰਨਵਾਦ ਕਰਦਾ ਪ੍ਰਭੂ ਯੀਸ਼ੂ ਮਸੀਹ ਜੀ ਦਾ ਔਰ ਪਾਸਟਰ ਰਮਨ ਹੰਸ ਜੀ ਦਾ, ਸਾਰਿਆਂ ਦਾ ਧੰਨਵਾਦ ਕਰਦਾ। ਸਾਰਿਆਂ ਨੂੰ ਜੈ ਮਸੀਹ।